ਬਠਿੰਡਾ ਨਗਰ ਨਿਗਮ ਦੇ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਸਫਾਈ ਕਰਮਚਾਰੀਆਂ ਨੇ ਪਹਿਲਾਂ ਸਰਕਾਰ ਨੂੰ ਅਲਟੀਮੇਟ ਦਿੱਤਾ ਸੀ ਕਿ ਨਵੀਂ ਭਰਤੀ ਕਰਕੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ। ਸਫਾਈ ਕਰਮਚਾਰੀ ਜਿਵੇਂ ਕਿ ਬਠਿੰਡੇ ਸ਼ਹਿਰ ਦੀ ਆਬਾਦੀ ਦੇਖ ਰਹੇ ਹੋ, ਇੱਥੇ ਮੁਲਾਜ਼ਮਾਂ ਦੀ ਘਾਟ ਹੈ, ਘੱਟੋ ਘੱਟ ਜ਼ਿਆਦਾ ਨਹੀਂ 1500 ਕਰਮਚਾਰੀ ਦੀ ਲੋੜ ਹੈ ਅਤੇ ਇੱਕ ਸੱਤਵਾਂ ਵੇਤਨ ਜਿਹਦੀ ਹੋਰ ਪਾਸੇ ਮਿਲ ਚੁੱਕੀ ਹੈ, ਇੱਥੇ ਕੁਛ ਵੀ ਨਹੀਂ ਹੈ। DA ਦੀ ਕਿਸ਼ਤ ਹੈ, ਕੁਛ ਹੈਗੇ ਮੈਟ ਵਗੈਰਾ, 15 ਮੈਟ ਪੱਕੇ ਕਰਾਉਣੇ ਆ, ਜਿੱਥੇ ਮੁਲਾਜ਼ਮ ਸਾਡਾ ਹਾਜ਼ਰੀਆਂ ਲਾਉਂਦਾ ਉੱਥੇ ਕੋਈ ਉਹਦੀ ਖੜਨ ਦੀ ਜਾਂ ਬੈਠਣ ਦੀ ਕੋਈ ਬਾਰਿਸ਼ ਵਾਸਤੇ ਕੋਈ ਅਜਿਹੀ ਸਹੂਲਤ ਨਹੀਂ ਹੈ, ਜਿਹੜਾ ਕੋਈ ਚਾਰਜ ਬਿਲਕੁਲ ਹੈਗਾ, ਅਤੇ ਉਹਨਾਂ ਲਈ ਦਫ਼ਤਰ ਬਣਨੇ ਚਾਹੀਦੇ ਆ। ਇਹੋ ਜਿਹੀ ਕੋਈ ਡਿਮਾਂਡ ਆ। ਹੁਣ ਕਿੰਨੇ ਦਿਨ ਦਾ ਐਜੂਕੇਸ਼ਨ ਸ਼ੁਰੂ?